ਘਰ ਸ਼ੰਕਰ ਵਿਖੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਮਹਿਲਾ ਸਮੇਤ ਤਿੰਨ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਕੰਦਪੁਰ ਅਤੇ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਜਗਤਪੁਰ ਆਪਣੇ ਮੋਟਰਸਾਈਕਲ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਨੰਗਲਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਕਸ਼ਮੀਰ ਸਿੰਘ ਅਤੇ ਦੂਸਰੇ ਮੋਟਰਸਾਈਕਲ 'ਤੇ ਸਵਾਰ ਵਰਿੰਦਰਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਅਤੇ ਉਸਦੀ ਮਾਤਾ ਮਨਜੀਤ ਕੌਰ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲਾ ਹਸਪਤਾਲ ਘਰ ਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਸੰਜੀਵ ਭਨੋਟਾ, ਪਿੰਡ ਸਾਡਾ ਮੁਕੰਦਪੁਰ ਹੈ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਮੇਰੇ ਦੋਸਤ ਹੈ ਕਸ਼ਮੀਰ ਸਿੰਘ ਜਗਤਪੁਰ ਤੋਂ, ਗੁਰਪ੍ਰੀਤ ਸਿੰਘ ਪਿਰਥੀ ਜੀ ਮੁਕੰਦਪੁਰ ਤੋਂ। ਇਹ ਐਵਰੀ ਡੇ ਜਾਂ ਦੂਸਰੇ ਤੀਸਰੇ ਦਿਨ ਗੁਰੂ ਘਰ ਕਿਤੇ ਨਾ ਕਿਤੇ ਨਤਮਸਤਕ ਹੋਣ ਜਾਂਦੇ ਆ। ਅੱਜ ਵੀ ਸਵੇਰੇ 4:30 ਮੁਕੰਦਪੁਰ ਤੋਂ ਤੁਰੇ ਆ ਅਤੇ ਬੋੜਾ ਅਤੇ ਨੰਗਲ ਸ਼ਾਮਾਂ ਦੇ ਵਿੱਚ ਸਾਹਮਣੇ ਤੋਂ ਮੋਟਰਸਾਈਕਲ ਲਿਆ ਕੇ ਕਿਸੇ ਨੇ ਇਹਨਾਂ ਦੇ ਮੋਟਰਸਾਈਕਲ ਦੇ ਵਿੱਚ ਮਾਰਿਆ, ਜਿਹਦੇ ਵਿੱਚ ਕਸ਼ਮੀਰ ਸਿੰਘ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਹੱਥ ਦੀਆਂ ਅਤੇ ਪੈਰ ਦੀਆਂ, ਅਤੇ ਗੁਰਪ੍ਰੀਤ ਸਿੰਘ ਪੈਥੀ ਇਸ ਸੰਸਾਰ ਨੂੰ ਅਲਵਿਦਾ ਕੇ ਪਰਲੋਕ ਸਿਧਾਰ ਦਿੱਤਾ। ਕਿੱਦਾਂ ਹੋਇਆ ਜੀ ਐਕਸੀਡੈਂਟ ਇਹ? ਵਰਿੰਦਰਜੀਤ ਸਿੰਘ ਜੀ। ਕਿੱਥੋਂ ਰਹਿਣ ਵਾਲੇ ਜੀ? ਮੈਂ ਚਾਂਦਪੁਰ ਜੀ। ਅੱਛਾ, ਕਿਵੇਂ ਹੋ ਜੀ ਐਕਸੀਡੈਂਟ ਤੁਹਾਡਾ? ਐਕਸੀਡੈਂਟ ਸਰ ਮੈਨੂੰ ਕੁਛ ਯਾਦ ਨਹੀਂ ਇਸ ਵੇਲੇ। ਇਹ ਤੁਸੀਂ ਕਦ 'ਤੇ ਜਾ ਰਹੇ, ਕਿੱਥੇ ਤੋਂ ਜਾ ਰਹੇ ਸੀ? ਮੋਟਰਸਾਈਕਲ 'ਤੇ ਜਾ ਰਿਹਾ ਸੀ ਸਰ, ਘਰ ਸ਼ੰਕਰ ਨੂੰ। ਇਹ ਕਿੱਥੋਂ ਜਾ ਰਹੇ ਸੀ? ਮੈਂ ਚਾਂਦਪੁਰ ਰੁਕੀ ਤੋਂ ਜੀ ਆਪਣੇ ਪਿੰਡ। ਇਹ ਕਿੱਥੇ ਨੂੰ ਜਾ ਰਹੇ ਸੀ? ਗੜਸ਼ੰਕਰ ਨੂੰ? ਗੜਸ਼ੰਕਰ ਨੂੰ ਜਾ ਰਿਹਾ ਸੀ ਮੈਂ ਸਕੂਲ। ਅੱਛਾ ਜੀ, ਇਹ ਲੱਗਾ ਕੋਈ ਪਤਾ ਕਿੱਦਾਂ ਹੋਇਆ ਐਕਸੀਡੈਂਟ, ਕੌਣ ਕਿੱਦਾਂ ਹੋਇਆ? ਮੈਨੂੰ ਤਾਂ ਕੁਛ ਯਾਦ ਨਹੀਂ ਇਸ ਵੇਲੇ ਆ ਰਿਹਾ, ਪਤਾ ਨਹੀਂ ਮੋਟਰਸਾਈਕਲ ਸਲਿੱਪ ਹੋ ਗਿਆ ਕੀ ਹੋ ਗਿਆ। ਉਧਰ ਹਸਪਤਾਲ ਦੇ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਖੇ ਰਖਵਾ ਕੇ ਬਾਕੀ ਤਿੰਨਾਂ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਬਾਕੀ ਅੱਜ ਸਵੇਰੇ ਤਕਰੀਬਨ 6 ਸਾਡੇ ਐਕਸੀਡੈਂਟ ਕੇਸ ਆਇਆ। ਇੱਕ ਪਾਸੇ ਮਾਂ ਬੇਟਾ ਸੀਗੇ, ਦੂਜੇ ਪਾਸੇ ਦੋ ਬਜ਼ੁਰਗ ਸੀਗੇ, ਅਰਾਊਂਡ 50-60 ਸਾਲ ਦੇ, ਅਤੇ ਇੱਕ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ। ਅਤੇ ਬਾਕੀ ਆਪਾਂ ਪਰਿਵਾਰ ਨੂੰ ਇਤਲਾਹ ਦੇ ਕੇ ਪਰਿਵਾਰ ਵਾਲੇ ਬੁਲਾ ਲਏ ਸੀਗੇ, ਅਤੇ ਹੁਣ ਆਪਾਂ ਇਲਾਜ ਕਰਕੇ ਬਾਕੀ ਅੱਗੇ ਪੁਲਿਸ ਕਾਰਵਾਈ ਲਈ ਬਾਕੀ ਕਰ ਦਿੱਤਾ। ਸਰ ਨਾਮ ਵਗੈਰਾ ਕੀ ਹੈ ਉਹਨਾਂ ਦੇ? ਵਰਿੰਦਰਜੀਤ ਸਿੰਘ ਅਤੇ ਮਨਜੀਤ ਕੌਰ ਦੇ ਮਾਂ ਬੇਟਾ ਜੀ ਨੇ ਚਾਂਦਪੁਰ ਉੱਠੀ, ਅਤੇ ਗੁਰਪ੍ਰੀਤ ਸਿੰਘ ਅਤੇ ਕਸ਼ਮੀਰ ਸਿੰਘ ਜੀ ਨੇ। ਗੁਰਪ੍ਰੀਤ ਸਿੰਘ ਜੀ ਦੀ ਮੌਕੇ 'ਤੇ ਮੌਤ ਹੋ ਗਈ ਹੈ, ਠੀਕ ਹੈ, ਉਹ ਮੁਕੰਦਪੁਰ ਤੋਂ ਨਹੀਂ ਜੀ, ਅਤੇ ਕਸ਼ਮੀਰ ਸਿੰਘ ਇਹ ਆਪਣੇ ਪਿੰਡ ਜਗਤਪੁਰ।